are watching Channel Y. Channel Y, a South Asian Canadian channel. ਬਠਿੰਡਾ ਪੁਲਿਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਬਠਿੰਡਾ ਦੇ ਪਿੰਡ ਕੋਟ ਗੁਰੂ ਵਿਖੇ ਬੀਤੇ ਦਿਨੀ ਬਜ਼ੁਰਗ ਔਰਤ ਦੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਉਸਦੇ ਹੀ ਪੁੱਤਰ ਸਮੇਤ 3 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 1 ਦੋਸ਼ੀ ਅਜੇ ਫਰਾਰ ਹੈ। ਇਸ ਦੀ ਪੁਸ਼ਟੀ ਬਠਿੰਡਾ SSP ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਹੈ। ਦਰਅਸਲ ਜਸਵੀਰ ਸਿੰਘ ਦੇ ਪਿਤਾ ਬਲਕਰਨ ਸਿੰਘ ਦੀ 10 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਜਸਵੀਰ ਸਿੰਘ ਆਪਣੀ ਮਾਂ ਉੱਤੇ ਸ਼ੱਕ ਕਰਦਾ ਸੀ ਅਤੇ ਇਸ ਸ਼ੱਕ ਦੇ ਚਲਦੇ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਸੁਖਪਾਲ ਕੌਰ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀਆਂ ਕੋਲੋਂ ਵਾਰਦਾਤ ਸਮੇਂ ਇਸਤੇਮਾਲ ਕੀਤੀ ਗਈ ਘੋਟਨੇ ਅਤੇ ਮ੍ਰਿਤਕ ਸੁਖਪਾਲ ਕੌਰ ਦੇ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ। ਇਹਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰੇਗੀ। 16 ਅਗਸਤ 17 ਅਗਸਤ ਦੀ ਇੰਟਰਵਿਨਿੰਗ ਰਾਤ ਨੂੰ ਇੱਕ ਮਰਡਰ ਹੋਇਆ ਸੀ ਸੁਖਪਾਲ ਕੌਰ ਦਾ। ਇਹਦੀ ਉਮਰ ਸੀ ਅਰਾਊਂਡ 55 ਈਅਰਸ ਅਤੇ ਕੋਟਲੀ ਬਲਾਈਂਡ ਮਰਡਰ ਸੀ। ਇਹਦੇ ਜਿਹੜੇ ਮੋਬਾਈਲ ਫੋਨ ਸੀ ਉਹ ਵੀ ਚੁੱਕ ਕੇ ਲੈ ਗਏ ਸੀ। ਮੋਬਾਈਲ ਫੋਨ ਇਹਦੇ ਚੱਲਦੇ ਬੇਸਡ ਔਨ ਟੈਕਨੀਕਲ ਇੰਟੈਲੀਜੈਂਸ ਐਂਡ ਹਿਊਮਨ ਇੰਟੈਲੀਜੈਂਸ ਜਿਹੜੀਆਂ ਸਾਡੀਆਂ ਟੀਮਸ ਬਣਾਈਆਂ ਗਈਆਂ ਸੀ DSPR ਅਤੇ ਸੁਪਰਵਿਜ਼ਨ ਦੇ ਅੰਡਰ SHO CA1 ਦੀ, ਉਹਨਾਂ ਨੇ ਇਹਦੇ 'ਚ ਕਾਮਯਾਬੀ ਹਾਸਲ ਕੀਤੀ ਹੈ। 3 ਬੰਦੇ ਅਰੈਸਟ ਕਰ ਲਏ ਗਏ, ਡਿਪਲੋ ਫੈਂਸ ਬਰਾਮਦ ਕਰ ਲਏ ਗਏ, ਜਿਹੜੇ ਮੋਬਾਈਲ ਲੈ ਕੇ ਗਏ ਸੀ ਉਹ ਬਰਾਮਦ ਕਰ ਲਏ ਗਏ। ਇਹਨਾਂ 3 ਬੰਦੇ ਅਰੈਸਟ ਹੋ ਗਏ ਨੇ, ਜਿਹੜੇ ਕਿ ਜਗਤਾਰ ਸਿੰਘ ਹੈ ਜਿਹੜਾ ਆਲਰੇਡੀ ਉਮਰ ਕੈਦ ਦੀ ਸਜ਼ਾ 2005 ਨੂੰ ਹੋਈ ਸੀ ਉਹਦੇ ਜ਼ਮਾਨਤ 'ਤੇ, ਪਲੱਸ ਜਸਵੀਰ ਸਿੰਘ ਅਤੇ ਮੰਗਲ ਸਿੰਘ, ਇਹ 3 ਬੰਦੇ ਫੜੇ ਗਏ। ਜਸਵੀਰ ਸਿੰਘ ਇੰਸੀਡੈਂਟਲੀ ਮਰਨ ਵਾਲੀ ਲੇਡੀ ਦਾ ਬੇਟਾ, ਇਜ਼ ਅਰਾਊਂਡ 34-35 ਈਅਰਸ। ਇਹਨੂੰ ਸ਼ੱਕ ਸੀਗਾ ਕਿ ਮੇਰੀ ਜਿਹੜੀ ਮਾਤਾ ਉਹਦੇ ਸ਼ਾਇਦ ਰਿਲੇਸ਼ਨ ਨੇ ਬਾਹਰ ਕਿਧਰੇ ਗਲਤ, ਇਸ ਕਰਕੇ ਉਹਨੇ ਆਪਣੇ ਦੋਸਤਾਂ ਨਾਲ ਮਿਲ ਕੇ ਮਰਡਰ ਕਰਵਾਇਆ। ਮੌਕੇ ਉੱਤੇ 2 ਬੰਦੇ ਸੀ, ਮੰਗਤ ਐਂਡ ਜਗਤਾਰ, ਅਤੇ ਜਿਹੜੀ ਪਲੈਨਿੰਗ ਹੋਈ ਹੈ ਉਹ ਇਨਵੋਲਵਡ ਜੋਗਿੰਦਰ ਅਤੇ ਜਸਵੀਰ ਸਿੰਘ ਸਾਰੇ ਇਨਵੋਲਵ। ਪਹਿਲਾਂ 1 ਮੁਕੱਦਮੇ 'ਚ ਇਹਨੂੰ ਸਜ਼ਾ ਹੋਈ ਹੋਈ ਜਗਤਾਰ, ਟੋਟਲ ਬੰਦੇ 4 ਨੇ ਜਿਹੜੇ ਇਹਦੇ ਵਿੱਚ ਇਨਵੋਲਵ ਨੇ, ਉਹਨਾਂ 'ਚੋਂ 3 ਫੜੇ। ਮੁਕੱਦਮਾ 302 ਦਾ ਪਰਚਾ ਦਰਜ ਹੋਇਆ ਸੀ, 16-17 ਦੀ ਰਾਤ ਹੋਏ ਮਰਡਰ ਹੋਇਆ। FIR ਨੰਬਰ ਹੈ 134। You are watching Channel Y, Channel Y, a South Asian Canadian channel.